روئے زمین جنت بے نظیر وادی کشمیر دیکھتے رہیے ٹی وی فار یو پارٹ ون. السلام علیکم جی. یہ جی ضلع کوٹلی آزاد کشمیر. ملک صاحب ماشاءاللہ جی, یہ ضلع کوٹلی جناب سابقہ تتا پانی روڈ پرانی ماشاءاللہ ویو چیک کرو جی, کشمیر کشمیر یہ ہے جی کشمیر جنت نظیر وادی کشمیر آئی لو کشمیر وی آلسو لو کشمیر. السلام علیکم جی. ملک صاحب کیا حال ہے, ٹھیک ہو؟ اس علاقے نے بارے ذرا تفصیل نال دسو نا, تھوڑا اگے اچھو. سر یہ تتا پانی بازار سے تقریباً 4 منٹ یہاں آتے لگتے ہیں. اس جگہ کا نام ہے بنڈور شریف, یہ ایک دربار ہے ادھر, اور یہ جس جگہ ہم موجود ہیں جس جگہ کھڑے ہیں یہ کرش پلانٹ ہے. سردار مندی صاحب کو آپ جانتے ہوں گے, اس تتا پانی کی جانی پہچانی شخصیت. دوسرا ماشاءاللہ جی, یہ دربار عالیہ بنڈور شریف پیر سید اکرام حسین شاہ صاحب نے جناب مزار نے والد صاحب نے سوری میں اتنی تفصیل نہ پتا کو نہیں نا. ماشاءاللہ ویو چیک کرو, بنڈور شریف ہی جگہ ہے جی, اپر بالا بنڈور. اے جناب تتا پانی تو جڑی لنک روڈ اشنی سکول لینے تھرو تو سا آئی سکنے ہو. ماشاءاللہ جی کیا بات ہے جی, کیا بات ہے. پھرو السلام علیکم جی. آئی جناب آسان پھر اپنے ملک صاحب ہی سرپرائز تتا پانی نے سرزمین پر کھلتے ہوئے دو تر بجے ساری کشمیر جنت نظیر جناب ماشاءاللہ ویو چیک کرو.
ਹੈ ਜੀ ਤੋਲੀ ਪੀਰ ਅਸਲਾਮ ਅਲੈਕਮ ਵਰਹਮਤੁਲਾਹਿ ਵਬਰਕਾਤੁ ਸੁਣਾਓ ਕੀ ਹਾਲ ਆ ਠੀਕ ਹੋ ਸਿਹਤਾਂ ਸੁਖੀਤਾ ਠੀਕ ਹੈ ਅਸਾਂ ਜਨਾਬ ਇਸਲੇ ਤੋਲੀ ਪੀਰ ਸੁਬਾ ਅਸਾਂ ਨਿਕਲੇ ਸੀ ਟੀਵੀ ਸ਼ਕਲੇ ਔਰ ਮਾਸ਼ਾਅੱਲਾ ਤੁਸਾਂ ਅੱਗੇ ਪਿੱਛੇ ਵਿਊ ਚੈੱਕ ਕਰੋ ਕਿੰਨਾ ਪਿਆਰਾ ਹੈ ਪੱਪੂ ਲਾਲਾ ਫੁੱਲ ਮਜ਼ੇ ਵਿੱਚ ਨਹਿ ਦੇਖੋ ਸਿੱਧਾ ਦੋ ਨਹੀਂ ਚੈੱਕ ਕਰੋ ਜੀ ਸਭ ਤੋਂ ਪਹਿਲੇ ਟੂਰਿਸਟ ਅਸੀਂ ਹੀ ਹਾਂ ਜਿਹੜੇ ਅਸੀਂ ਇੱਥੇ ਪੁੱਜੀਏ ਕਦਮਾਂ ਨਿਸ਼ਾਨ ਸਾਡੇ ਹੀ ਹੈ ਜਾਂ ਸ਼ੇਰ ਨੇ ਪੰਜੇ ਨਿਸ਼ਾਨ ਇਹਦੇ ਜਾਂ ਅਸੇ ਨੇ ਇਹ ਸ਼ੇਰ ਨੇ ਪੰਜੇ ਸਿੱਧੇ ਸਿੱਧੇ ਨਜ਼ਰ ਆ ਰਹੇ ਨੇ ਇਹ ਚੈੱਕ ਕਰੋ ਇਹ ਆਪਣੇ ਮਲਕ ਸਾਹਿਬ ਹੈ ਜੀ ਮਲਕ ਸਾਹਿਬ ਕੈਸਾ ਮਹਿਸੂਸ ਹੋਇਆ ਜੀ ਇੰਜੋਏ ਕਰੋ ਟੀਵੀ ਫਾਰ ਯੂ ਪਰ ਬਸ਼ੀਰ ਸ਼ਾਦ ਸਾਹਿਬ ਨੇ ਸਰਵਰ ਇਹ ਆਪਣੇ ਮਲਕ ਸਾਹਿਬ ਹੈ ਜੀ ਇੰਜੋਏ ਕਰੀਏ ਤਾਂ ਧੁੱਪ ਜਨਾਬ ਉਸਲੇ ਮੌਸਮ ਬਹੁਤ ਪਿਆਰਾ ਕਿਆ ਬਾਤ ਹੈ ਜੀ ਕਸ਼ਮੀਰ ਨੀ ਮਾਸ਼ਾਅੱਲਾ ਜੀ ਬਰਫ ਤੱਕੋ ਔਰ ਥੱਲੇ ਇਹ ਜਨਾਬ ਇਹ ਦਰਖਤ ਜਨਾਬ ਦਿਆਰ ਔਰ ਬਿਆੜ ਨੇ ਜੰਗਲਾਤ ਜਨਾਬ ਬਹੁਤ ਬੜੇ ਬੜੇ ਵੀ ਚੈੱਕ ਕਰੋ ਮਾਸ਼ਾਅੱਲਾ ਥੱਲੇ ਆਬਾਦੀ ਹੈ ਜੀ ਮਲਕ ਸਾਹਿਬ ਇਹ ਕਿਹੜੀ ਆਬਾਦੀ ਹੈ ਮਲਕ ਸਾਹਿਬ ਜਨਾਬ ਇਸਲੇ ਇੰਜੋਏ ਕਰੀਏ ਜੀ ਪਾਰਟ 4 ਅਸਲਾਮ ਅਲੈਕਮ ਇਹ ਕਸ਼ਮੀਰ ਵਾਦੀ ਹੈ ਨਜ਼ੀਰ ਮਾਸ਼ਾਅੱਲਾ ਵਿਊ ਚੈੱਕ ਕਰੋ ਮਾਸ਼ਾਅੱਲਾ ਵਿਊ ਚੈੱਕ ਕਰੋ ਜੀ ਕਸ਼ਮੀਰ ਜੰਨਤ ਨਜ਼ੀਰ ਜੋ ਨਾ ਕਰਨਾ ਆਉਂ ਵੀ ਕਰ ਮੇਰੇ ਵਤਨ ਮਿਲੇ ਮਾਸ਼ਾਅੱਲਾ ਜੀ ਵਿਊ ਚੈੱਕ ਕਰੋ ਜੀ ਇਹ ਬਹੁਤ ਪੁਰਾਣਾ ਪੁੱਲ ਆ ਜੀ ਜਿਹੜਾ ਇਹ ਮਹਾਰਾਜਾ ਹਰੀ ਸਿੰਘ ਨੇ ਦੌਰ ਨੂੰ ਔਰ ਅਜੇ ਤੱਕ ਇਹ ਨਹਿਲ ਪਰ ਜਨਾਬ ਪੁੱਲ ਕਾਇਮ ਹੋ ਦਾਇਮ ਆ ਤਾਂ ਸਾਰੇ ਜਨਾਬ ਬਣੇ ਹੋਏ ਇੰਜੀਨੀਅਰਾਂ ਨੇ ਕਈ ਰੂੜੀਏ ਜਾਂਦੇ ਮਾਸ਼ਾਅੱਲਾ ਵੀ ਚੈੱਕ ਕਰੋ ਜੀ ਵੀ ਚੈੱਕ ਕਰੋ ਨਹਿਲ ਨਾ ਪਾਣੀ ਮਿੱਠਾ ਮਿੱਠਾ ਮਾਸ਼ਾਅੱਲਾ ਜੀ ਵੀ ਚੈੱਕ ਕਰੋ ਜੀ ਕਸ਼ਮੀਰ ਨੂੰ ਇਹ ਜਨਾਬ ਮਹਾਰਾਜਾ ਹਰੀ ਸਿੰਘ ਨੇ ਡੈਮ ਨੇ ਬਣਿਆ ਪੁੱਲ ਅਜੇ ਤੱਕ ਕਾਇਮ ਉਦਾਇਮ ਨਹਿਲ ਨੇ ਉੱਪਰ
ماشاءاللہ جی کشمیر جنت نظیر ویو چیک کرو اور آؤ کشمیر وزٹ کرو براہ کرم ٹی وی فور یو کو لائک شیئر سبسکرائب کیجیے گا ملتے ہیں نیکسٹ ویڈیو میں تب تک کے لیے اللہ نگہبان